ਤੁਸੀਂ ਉੱਥੇ ਗਏ ਹੋ ਨਤਮਸਤਕ ਹੋਣ, ਉਹਦੇ ਵਿੱਚ ਤੁਸੀਂ ਨਿਮਕੇ ਰਹਿਣਾ ਹੁੰਦਾ ਹੈ, ਉੱਥੇ ਕੋਈ ਬੇਇੱਜ਼ਤੀ ਨਹੀਂ ਕਰਦਾ। ਪਹਿਲੀ ਗੱਲ ਇਹ ਮੈਂ ਕਹਿਣ ਨੂੰ ਤਿਆਰ ਹਾਂ ਵੀ ਦਰਬਾਰ ਸਾਹਿਬ 'ਚ ਕੋਈ ਜੇ ਕਿਸੇ ਨੇ ਟੋਕਿਆ ਵੀ ਆ, ਉਹ ਬੇਇੱਜ਼ਤੀ ਵਾਸਤੇ ਨਹੀਂ ਟੋਕਿਆ। ਉਹਦੇ ਟੋਕਣ ਦਾ ਢੰਗ ਮਾੜਾ ਹੋ ਸਕਦਾ, ਉਹਦੀ ਭਾਸ਼ਾ ਮਾੜੀ ਹੋ ਸਕਦੀ ਹੈ, ਪਰ ਉਹਦੀ ਭਾਵਨਾ ਦਰਬਾਰ ਸਾਹਿਬ ਜਿਹੜਾ ਮਰਜ਼ੀ ਸੇਵਾਦਾਰ ਹੋਵੇ, ਉਹਦੀ ਭਾਵਨਾ ਉਸ ਬੰਦੇ ਦੀ ਬੇਇੱਜ਼ਤੀ ਕਰਨਾ ਨਹੀਂ ਹੁੰਦੀ, ਕਦੀ ਵੀ ਨਹੀਂ। ਪਰ ਜੇਕਰ ਉਹਦਾ ਕੁੜੀ ਦਾ ਸਿਰ ਨੰਗਾ ਹੁੰਦਾ, ਮੰਨ ਲਓ ਚੁੰਨੀ ਗਿਰ ਗਈ ਹੁੰਦੀ, ਜੋ ਇਹ ਕਹਿੰਦਾ ਵੀ ਬੀਬਾ ਚੁੰਨੀ ਸਿਰ ਤੇ ਟੱਕ, ਤੇ ਉਹਨੂੰ ਤਾਂ ਇਹ ਵੀ ਬੁਰਾ ਲੱਗ ਸਕਦਾ ਸੀ। ਫਿਰ ਤਾਂ ਕੋਈ ਵੀ ਫਿਰ ਤੁਸੀਂ ਜਾਓ ਹੀ ਨਾ ਉੱਥੇ। ਜੇ ਤੁਹਾਨੂੰ ਬੰਦੇ ਦੀ ਹਰ ਗੱਲ ਬੁਰੀ ਲੱਗਦੀ, ਫਿਰ ਜਾਂਦੇ ਕਿਉਂ? ਮੈਨੂੰ ਐਂ ਲੱਗਦਾ ਹੈ ਵੀ ਉਹ ਕੁੜੀ ਸ਼ਰਧਾਲੂ ਦੇ ਤੌਰ 'ਤੇ ਘੱਟ ਗਈ ਸੀ। ਜੇ ਇਨਵੈਸਟੀਗੇਸ਼ਨ ਹੋਏਗੀ ਤਾਂ ਇਹ ਪੋਸੀਬਲ ਹੈ, ਇਹ ਸੰਭਵ ਹੈ ਕਿ ਗੱਲ ਨਿਕਲ ਆਵੇ ਕਿ ਸ਼ਰਧਾਲੂ ਦੇ ਤੌਰ 'ਤੇ ਘੱਟ ਗਈ ਸੀ। ਇਹ ਗਈ ਹੋਈ ਇਸੇ ਵੀ ਕੋਈ ਨਾ ਕੋਈ ਪੰਗਾ ਜਾ ਪੈ ਜੇ, ਕਿਉਂਕਿ ਜਦ ਤੁਸੀਂ ਨਾ ਇੱਕ ਸਾਂਗ ਜਾਂ ਉਹ ਦੇਖਣ ਨੂੰ ਭਾਵੇਂ ਲੱਗਦਾ ਤਿਰੰਗਾ, ਕਿੰਨੇ ਕੁ ਲੋਕ ਨੇ ਜਿਹੜੇ ਤਿਰੰਗਾ, ਇਹ ਮੈਂ ਮੰਨਦਾ ਵੀ 26 ਜਨਵਰੀ ਨੂੰ ਲੋਕ ਬਣਾ ਲੈਂਦੇ ਨੇ, ਰੋਜ਼ ਹੀ ਤਾਂ ਤਿਰੰਗਾ ਕੋਈ ਬਣਾਈ ਨਹੀਂ ਫਿਰਦੇ। ਤੁਸੀਂ ਤਿਰੰਗਾ ਬਣਾ ਕੇ ਉੱਥੇ ਜਾਂਦੇ ਹੋ, ਜੇ ਤੁਸੀਂ ਊਂ ਬਣਾ ਹੋਵੇ ਉੱਥੇ ਤਾਂ 50 ਬੰਦੇ ਤੁਹਾਡੇ ਫੇਸ ਵੱਲ ਵੈਸੇ ਹੀ ਦੇਖਣ ਲੱਗ ਜਾਣਗੇ, ਚਾਹੇ ਤੁਸੀਂ ਮੁੰਡਾ ਚਾਹੇ ਕੁੜੀ ਹੋ। ਫਿਰ ਤੁਸੀਂ ਕਹੋਗੇ ਜੀ ਮੇਰੇ ਤੋਂ ਬੁਰੀਆਂ ਨਜ਼ਰਾਂ ਨਾਲ ਦੇਖ ਰਹੇ। ਜੋ ਕੁਛ ਹੋਇਆ ਇਹ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਵੇਂ ਹੈ ਹੁਣ ਉਹ ਲੜਕੀ, ਉਹਦੇ ਟੈਟੂ ਬਣਿਆ ਹੋਇਆ, ਥੋੜ੍ਹਾ ਜਿਹਾ ਵੈਸੇ ਠੀਕ ਨਹੀਂ ਲੱਗਦਾ, ਪਰ ਅੱਜ ਕੱਲ੍ਹ ਫੈਸ਼ਨ ਹੈ, ਹੋਰ ਹੈ। ਸੇਵਾਦਾਰ ਨੇ ਕਿਹਾ ਵੀ ਤੂੰ ਮੂੰਹ ਧੋਇਆ। ਸੇਵਾਦਾਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੈ। ਉਹ ਜਦ ਵੀ ਤੁਸੀਂ ਕਿਸੇ ਨੂੰ ਟੋਕਣਾ ਹੈ, ਖਾਸ ਕਰਕੇ ਜੇ ਦੂਜੇ ਧਰਮ ਦਾ ਹੋਵੇ, ਕਿਉਂਕਿ ਮੇਰਾ ਆਪਣਾ ਵੀ ਮੇਰੇ ਸਿਰ ਉੱਤੇ ਮੈਂ ਸਰਦੀ 'ਚ ਜੈਕਟ ਪਾਈ ਸੀ ਜਿਹਦੀ ਟੋਪੀ ਨਾਲ ਹੀ ਹੁੰਦੀ ਆ। ਉਹਨੇ ਜਦ ਮੈਨੂੰ ਕਿਹਾ ਵੀ ਇਹਨੂੰ ਲਾਹੋ ਅਤੇ ਤੁਸੀਂ ਪਟਕਾ ਪਾਓ, ਤਾਂ ਬਹੁਤ ਸਖਤੀ ਨਾਲ ਕਿਹਾ, ਮੈਨੂੰ ਵੀ ਉਹ ਚੁਭਿਆ। ਇਸੇ ਤਰ੍ਹਾਂ ਹੀ ਇੱਕ ਜਗ੍ਹਾ 'ਤੇ ਹੋਰ ਮੈਂ ਦੇਖਿਆ। ਸੋ ਇਹਨਾਂ ਨੂੰ ਇੱਕ ਟ੍ਰੇਨਿੰਗ ਦੀ ਲੋੜ ਹੈ ਕਿ ਭਾਈ ਇੱਦਾਂ ਨਹੀਂ ਹੈ। ਹਾਲਾਂਕਿ ਸੇਵਾ ਕਰਦੇ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਜਿਹੜੇ ਉੱਥੇ ਸੇਵਾਦਾਰ ਨੇ ਉਹਨੂੰ ਹੰਕਾਰ ਬੜਾ। ਫਿਰ ਸਾਨੂੰ ਉੱਥੇ ਜਿਹੜਾ ਰਦਾਸੀਆ ਸਿੰਘ ਸੀ, ਪਹਿਲਾਂ ਸਾਨੂੰ ਲਾਈਨ 'ਚੋਂ ਜਾਣ ਕੇ ਦੂਜਿਆਂ ਨੂੰ ਲੰਘਾਈ ਗਏ। ਇਹ ਗੱਲਾਂ ਦੇ ਨਾਲ ਅਸੀਂ ਜਿਹੜੇ ਉਦੇਸ਼ ਵਾਸਤੇ ਗਏ ਹਾਂ, ਅਸੀਂ ਗਿਆ ਕਿ ਅਸੀਂ ਸ਼ਰਧਾ ਨਾਲ ਗਿਆ, ਸਾਨੂੰ ਨਿਰਮਾਣ ਹੋਣਾ ਚਾਹੀਦਾ। ਕਿਸੇ ਨੇ ਕਹਿਤਾ ਫਿਰ ਕੀ ਹੋ ਗਿਆ, ਐਡੀ ਕਿਹੜੀ ਗੱਲ ਹੋ ਗਈ? ਇਹ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀ ਟ੍ਰੋਲਿੰਗ ਹੋ ਰਹੀ ਹੈ, ਇਹ ਕਿਸੇ ਉਦੇਸ਼ ਨਾਲ ਹੀ ਗਏ ਸੀ ਉੱਥੇ। ਇਹ ਟਰੋਲ ਕਿਉਂ ਨਹੀਂ ਕਰਦੇ ਵੀ ਦੋ ਬੰਦਿਆਂ ਨੂੰ ਪੁਲਿਸ ਦੀ ਕਸਟਡੀ ਦੇ ਵਿੱਚ, ਜਿਨ੍ਹਾਂ ਨੇ ਬਾਰ-ਬਾਰ ਕਿਹਾ ਕਿ ਮਹਾਰਾਜ ਸਾਨੂੰ ਮਾਰ ਦੇਣਗੇ, ਉਹਨਾਂ ਨੂੰ ਆ ਕੇ ਭੁੰਨ ਦਿੱਤਾ ਜਾਂਦਾ ਮੀਡੀਆ ਕਰਮੀ ਬਣ ਕੇ। ਔਰ ਉਹਨਾਂ ਕੋਲ ਕੈਮਰਾ ਵੀ ਇਹੋ ਜਿਹਾ, ਜਿਹੜਾ ਕੈਮਰਾ ਮੀਡੀਆ ਕਰਮੀ ਕੋਲ ਹੁੰਦਾ ਹੀ ਨਹੀਂ, ਦੇਖਿਆ ਹੀ ਨਹੀਂ, ਕਿ ਉਹਨਾਂ ਨੂੰ ਮਾਰ ਦਿੰਦੇ ਨੇ। ਉਹ ਮੁਸਲਿਮ ਨੇ, ਉਹ ਤਾਂ ਟਰੋਲ ਨਹੀਂ ਕਰਿਆ ਜਾਂਦਾ। ਅੰਮ੍ਰਿਤਪਾਲ ਵਾਲੀ ਘਟਨਾ ਹੋਈ ਆ ਜਨਾਲੇ ਵਾਲੀ, ਸਾਰਾ ਤੁਸੀਂ ਵਿਕਰਮ ਜੀ ਦੇਖਿਆ ਹੋਊਗਾ, ਜਿਹੜਾ ਅਡਾਨੀ ਦੇ ਖਿਲਾਫ ਸਾਰਾ ਚੱਲ ਰਿਹਾ ਸੀ ਕੰਮ, ਉਹ ਬੰਦ ਹੋ ਗਿਆ ਇੱਕ ਦਿਨ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸੋਸ਼ਲ ਮੀਡੀਆ ਤੇ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਸੇਵਾਦਾਰ ਦੇ ਨਾਲ ਇੱਕ ਲੜਕੀ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ, ਔਰ ਉਸ ਇਸ਼ੂ ਨੂੰ ਬਣਾਇਆ ਗਿਆ ਕਿ ਉਸਦੇ ਤਿਰੰਗਾ ਲਗਾਇਆ ਗਿਆ ਸੀ, ਤਿਰੰਗਾ ਰੰਗ ਜੋ ਸੀਗਾ ਉਸਨੇ ਇੱਕ ਟੈਟੂ ਬਣਵਾਇਆ ਹੋਇਆ ਸੀ ਮੂੰਹ ਤੇ, ਇਸ ਕਰਕੇ ਨਹੀਂ ਜਾਣ ਦਿੱਤਾ। ਪਰ ਉਸਦੇ ਪਿੱਛੇ ਦੇ ਹੋਰ ਵੀ ਕਈ ਵੀਡੀਓਜ਼ ਨਿਕਲ ਕੇ ਸਾਹਮਣੇ ਆਏ ਆ, ਬਹਿਸਬਾਜ਼ੀ ਦਾ ਹੋਰ ਵੀ ਵੀਡੀਓ ਨਿਕਲ ਕੇ ਸਾਹਮਣੇ ਆਇਆ। ਪਰ ਇਸ ਨੂੰ ਟ੍ਰੋਲ ਕੀਤਾ ਜਾ ਰਿਹਾ ਔਰ ਟਾਰਗੇਟ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ, ਉਸ ਚੀਜ਼ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਡਾਕਟਰ ਪਿਆਰੇ ਲਾਲ ਗਰਗ ਸਾਡੇ ਨਾਲ ਨੇ ਔਰ ਹਰ ਮਸਲੇ ਤੇ ਖੁੱਲ੍ਹ ਕੇ ਬੋਲਦੇ ਨੇ ਡਾਕਟਰ ਸਾਹਿਬ, ਸਿਆਸੀ ਮਾਹਰ ਵੀ ਨੇ, ਹਰ ਮਸਲੇ ਤੇ ਖੁੱਲ੍ਹ ਕੇ ਗੱਲ ਵੀ ਕਰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਸ਼ੁਕਰੀਆ ਜੀ, ਬਹੁਤ ਬਹੁਤ ਵਿਕਰਮ ਜੀ। ਡਾਕਟਰ ਸਾਹਿਬ ਵੀਡੀਓ ਦੇਖਿਆ ਤੁਸੀਂ ਕਿ ਨਹੀਂ? ਹਾਂ ਮੈਂ ਦੇਖਿਆ ਜੀ। ਕੀ ਸਮਝ ਆਇਆ ਡਾਕਟਰ ਸਾਹਿਬ, ਇੰਨਾ ਤਜਰਬਾ ਹੈ ਤੁਹਾਡਾ, ਕਿਉਂਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹਾਲਾਂਕਿ ਪਿਛਲੇ ਕੁਝ ਇੱਕ ਮਹੀਨਿਆਂ ਤੋਂ ਹੋ ਰਹੀਆਂ ਨੇ, ਟ੍ਰੋਲਿੰਗ ਔਰ ਕਦੇ ਕਿਸ ਇਸ਼ੂ ਨੂੰ ਲੈ ਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ, ਕਦੇ ਕਿਸੇ ਇਸ਼ੂ ਨੂੰ ਲੈ ਕੇ। ਅੱਜ ਵੀ ਟ੍ਰੈਂਡਿੰਗ ਦੇ ਵਿੱਚ ਗੋਲਡਨ ਟੈਂਪਲ ਚੱਲ ਰਿਹਾ ਟਵਿੱਟਰ ਤੇ। ਦੇਖੋ ਵਿਕਰਮ ਜੀ, ਪਹਿਲੀ ਗੱਲ ਹੈ ਵੀ ਜੋ ਕੁਛ ਹੋਇਆ ਇਹ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਵੇਂ ਹੈ ਹੁਣ ਉਹ ਲੜਕੀ, ਉਹਦੇ ਟੈਟੂ ਬਣਿਆ ਹੋਇਆ, ਥੋੜ੍ਹਾ ਜਿਹਾ ਵੈਸੇ ਠੀਕ ਨਹੀਂ ਲੱਗਦਾ, ਪਰ ਅੱਜ ਕੱਲ੍ਹ ਫੈਸ਼ਨ ਹੈ, ਹੋਰ ਹੈ। ਸੇਵਾਦਾਰ ਨੇ ਕਿਹਾ ਵੀ ਤੂੰ ਮੂੰਹ ਧੋਇਆ। ਸੇਵਾਦਾਰ ਨੂੰ ਨਹੀਂ ਪਤਾ ਵੀ ਟੈਟੂ ਮੂੰਹ ਧੋ ਕੇ ਸ਼ਾਇਦ ਉੱਤਰਦਾ ਨਹੀਂ ਹੁੰਦਾ, ਤੇ ਜੇ ਟੈਟੂ ਹੀ ਬਣਿਆ ਹੋਇਆ, ਜੇ ਉਂਝ ਲਾਇਆ ਹੋਇਆ ਰੰਗ, ਫਿਰ ਉਂਝ ਰੰਗ ਲਾਇਆ ਹੋਇਆ ਸੀਗਾ ਜੀ, ਹਾਂ ਜੋ ਵੀ ਹੈ। ਤੇ ਉਹਦੇ ਵਿੱਚ ਤੇ ਕੁਛ ਉਹਦੇ ਕੱਪੜਿਆਂ ਬਾਰੇ ਵੀ ਸੇਵਾਦਾਰ ਨੇ ਆਪ ਹਾਜ਼ਰ ਹੋ ਕੇ ਕਿਹਾ ਵੀ ਉਹਦੇ ਜੀ ਕੱਪੜੇ ਵੀ ਥੋੜ੍ਹਾ ਛਾਤੀ ਥੋੜ੍ਹੀ ਉਹ ਸੀਗਾ, ਤੇ ਇੱਥੇ ਥੋੜ੍ਹਾ ਜਿਹਾ ਇੱਕ ਡਰੈਸ, ਭਾਵੇਂ ਰਿਟਨ ਕੋਡ ਨਹੀਂ ਹੈ, ਪਰ ਇੱਕ ਡਰੈਸ ਹੈ ਵੀ ਆਪਾਂ ਥੋੜ੍ਹਾ ਟੱਕ ਟੁੱਕ ਕੇ ਜਾਣਾ। ਚਲੋ ਸੇਵਾਦਾਰ ਨੇ ਉਹਨੂੰ ਕਿਹਾ। ਮੈਂ ਇਹ ਗੱਲ ਕਹਾਂਗਾ ਵੀ ਸੇਵਾਦਾਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੈ। वो जद भी तुसीं किसी नूं टोकना है, खास करके जो दूजे धर्म का होवे, क्योंकि मेरा अपना भी मेरे सिर उत्ते मैं सर्दी चो जैकेट पाई सी जिहदी टोपी नाल ही हुंदी है। उन्हें जब मैनूं कहा भी इहनूं लाहो ते तुसीं पटका पाओ तो बहुत सख्ती नाल कहा, मैनूं भी वो चुभिया। इस तरह ही एक जगह ते होर मैं देखिया। सो इन्हां नूं एक ट्रेनिंग की लोड़ है कि भाई इदां नहीं कहना, पर यह गल मामूली है, तुसीं उत्थे शरदा नाल जा रहे हो, थोनू सेवादार ने चलो कुछ ऐसी उत्थे दलतां दा प्रसाद चढ़ाउण गए। सानू पहला तो उत्थे जेड़े बैठे सी उन्होंने जान नहीं घंटा तो उन्होंने लगाया, सिंह सभा वालों गए सी असीं सारे। फिर वो कहना सी जी सेवा करते उन्होंने हंकार बड़ा है, हालांकि सेवा करते हुए नेहकामी तिसको होत प्राप्त स्वामी जेड़े उत्थे सेवादार ने उन्होंने हंकार बड़ा है। फिर सानू उत्थे जेड़ा रदासिया सिंह सी ਪਹਿਲਾਂ ਸਾਨੂੰ ਲਾਈਨ ਚੋਂ ਜਾਣ ਕੇ ਦੂਜਿਆਂ ਨੂੰ ਨਗਾਈ ਗਏ। ਫਿਰ ਅਰਦਾਸਿਆ ਸਿੰਘ ਕਹਿੰਦਾ ਉਹ ਤੁਸੀਂ ਚੰਡੀਗੜ੍ਹ ਹੀ ਕਰ ਲੈਣੀ ਸੀ ਅਰਦਾਸ, ਇਸੇ ਕਾਹਦੇ ਵਾਸਤੇ ਆਉਣਾ ਸੀ। ਸੋ ਇਹ ਜਿਹੀਆਂ ਗੱਲਾਂ ਉੱਥੇ ਹੈਗੀਆਂ, ਪਰ ਇਹ ਗੱਲਾਂ ਦੇ ਨਾਲ ਅਸੀਂ ਜਿਹੜੇ ਉਦੇਸ਼ ਵਾਸਤੇ ਗਏ ਹਾਂ, ਅਸੀਂ ਗਿਆ ਕਿ ਅਸੀਂ ਸ਼ਰਧਾ ਨਾਲ ਗਿਆ। ਸਾਨੂੰ ਨਿਰਮਾਣ ਹੋਣਾ ਚਾਹੀਦਾ ਹੈ। ਕਿਸੇ ਨੇ ਕਹਿ ਤਾ ਫਿਰ ਕੀ ਹੋ ਗਿਆ, ਐਡੀ ਕਿਹੜੀ ਗੱਲ ਹੋ ਗਈ। ਇਹ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀ ਟ੍ਰੋਲਿੰਗ ਹੋ ਰਹੀ ਹੈ ਇਹ ਕਿਸੇ ਉਦੇਸ਼ ਨਾਲ ਹੀ ਗਏ ਸੀ ਉੱਥੇ। इस वास्ते नहीं गए भी यह कोई क्योंकि कोई घटना वापर गई उन्होंने ट्रोल, हालांकि घटना भी ट्रोल कर सकते हैं, इनका कोई अंत नहीं है क्योंकि मीडिया अजकल यह जा भी जो मर्जी। ये ट्रोल क्यों नहीं करते भी दो बंदियां नूं पुलिस की कस्टडी दे विच जिन्हां ने बार बार कहा कि महाराज सानूं मार देणगे, उन्होंने आके भुन दिता जाता मीडिया कर्मी बन के। और उन्होंने कोल कैमरा भी यह जिहा कैमरा मीडिया कर्मी कोल हुंदा ही नहीं, देखिया ही नहीं कि उन्होंने मार दिंदे ने। मुस्लिम ने वो तो ट्रोल नहीं करिया जाता, उन्होंने तो बड़ी वो करी जाती है। सो ये ट्रोलिंग जान बुझ के जिहड़ियां घट गिनतियां ने उन्होंने वास्ते करी जाती है, कि ना उन्होंने अगेंस्ट, दूजी गल सिखां दे अगेंस्ट पर्टिकुलर करी जाती है। पर सानू पंजाबियां नूं ये गल समझनी पैगी भी कि असीं ट्रोल तो गुस्से होने की बजाय असीं समझिए भी जान बुझ के कर रहे हैं, क्योंकि इन्हां दा एम की है पूरे भारत ये पंजाब पंजूब ते इन्हां दा कोई चिंता नहीं है। लोगों नूं भी 13 सीटां जितनी चाहुंदे ने, इन्हां ने 13 तो की लैना, इन्हां दा बाकी भारत नूं जितना है। ਲੋਕਾਂ ਨੂੰ ਇਹ ਦਿਖਾਉਣਾ ਹੁਣ ਇੱਥੇ ਜਿਹੜੇ ਬੈਠੇ ਸੀ ਜਿੱਥੇ ਅੰਮ੍ਰਿਤਪਾਲ ਵਾਲੀ ਘਟਨਾ ਹੋਈ ਆ ਜਨਾਲੇ ਵਾਲੀ, ਸਾਰਾ ਤੁਸੀਂ ਵਿਕਰਮ ਜੀ ਦੇਖਿਆ ਹੋਊਗਾ ਜਿਹੜਾ ਅਡਾਨੀ ਦੇ ਖਿਲਾਫ ਸਾਰਾ ਚੱਲ ਰਿਹਾ ਸੀ ਕੰਮ ਉਹ ਬੰਦ ਹੋ ਗਿਆ ਇੱਕ ਦਫਤੇ। ਫਿਰ ਉਹ ਬਾਹਰਲੇ ਪੁੱਛਣ ਲੱਗੇ ਵੀ ਕਿਤੇ ਪੰਜਾਬ 'ਚ ਅੱਗ ਤਾਂ ਨਹੀਂ ਲੱਗੀ। ਪੰਜਾਬ ਦੇ ਵਿੱਚ ਆਪਾਂ ਸਾਰੇ ਰਹਿੰਦੇ ਆ, ਤੁਸੀਂ ਦੱਸੋ ਵੀ ਪੰਜਾਬ 'ਚ ਕਿਹੜੀ ਗੱਲ ਆ, ਕਿਹੜਾ ਬੰਦੇ ਦੇ ਚੱਲਣ ਫਿਰਨ ਤੇ ਰੋਕ ਹੈ, ਕਿਹੜੇ ਬੰਦੇ ਨੂੰ ਤੁਰੇ ਜਾਂਦੇ ਨੂੰ ਗੋਲੀ ਮਾਰ ਰਹੇ ਨੇ, ਕਿਹੜੇ ਬੰਦੇ ਨੂੰ ਕੋਈ ਰੋਟੀ ਨਹੀਂ ਮਿਲ ਰਹੀ, ਕਿਹੜੇ ਬੰਦੇ ਨੂੰ ਕੋਈ ਜਾ ਕੇ ਹਿੰਦੂ ਸਿੱਖ ਤਲਵਾਰਾਂ ਚੱਕ ਕੇ ਮਰੀ ਜਾਂਦੇ ਨੇ ਤਰਸ਼ੂਲ ਚੱਕ ਕੇ। ਇਹ ਕਿਹੜਾ ਇੱਥੇ ਆ, ਇੱਥੇ ਤਾਂ ਕੁਛ ਨਹੀਂ, ਪਰ ਬਾਹਰਲਿਆਂ 'ਚ ਸੂਬਿਆਂ 'ਚ ਫੈਲਾਤਾ ਵੀ ਖਾਲਿਸਤਾਨੀਆਂ ਨੇ ਕਬਜ਼ਾ ਕਰ ਲਿਆ ਪੰਜਾਬ 'ਤੇ, ਰਾਸ਼ਟਰ ਵਿਰੋਧੀ ਨੇ, ਰਾਸ਼ਟਰ ਨੂੰ ਤੋੜਨਾ ਚਾਹੁੰਦੇ ਨੇ। ਗ੍ਰਹਿ ਮੰਤਰੀ ਜੀ ਨੇ 30 ਕੰਪਨੀਆਂ ਲਾ ਕੇ ਜ਼ੋਰ ਲਾ ਲਿਆ, ਫਿਰ ਵੀ ਭੱਜ ਗਿਆ ਉਹ। ਪਰ ਸਰਕਾਰ ਬੜੀ ਸਖਤ ਹੈ, ਨਿਕਲ ਨਹੀਂ ਦੇਗੀ ਉਹਨੂੰ, ਐਡੇ ਖੂੰਖਾਰਾ ਤੋਂ ਇਹ ਦੋਨੇ ਪਾਸੇ। ਸੋ ਇਸ ਕਰਕੇ ਇਹ ਜਿਹੜੀ ਟ੍ਰੋਲਿੰਗ ਹੈ ਇਹ ਦੇਸ਼ ਦੇ ਵੀ ਉਲਟ ਹੈ, ਇਹ ਮਨੁੱਖਤਾ ਦੇ ਵੀ ਉਲਟ ਹੈ। ਰੂਟੀਨ 'ਚ ਅਸੀਂ ਕੰਮ ਕਰਦੇ ਹਾਂ, ਰੂਟੀਨ 'ਚ ਕਈ ਗਲਤੀਆਂ ਵੀ ਹੁੰਦੀਆਂ, ਹਰੇਕ ਤੋਂ ਹੁੰਦੀਆਂ ਨੇ। ਇੰਨੇ ਜ਼ਿਆਦਾ ਸੇਵਾਦਾਰ ਨੇ, ਤੁਸੀਂ ਕਿਹਨੇ ਕਿਹਨੂੰ ਸਿਖਾ ਲਓਗੇ। ਇੰਨੇ ਜ਼ਿਆਦਾ ਸ਼ਰਧਾਲੂ ਆਉਂਦੇ ਨੇ, ਕੀ ਪਤਾ ਕਿਹੜਾ ਸ਼ਰਧਾਲੂ ਕਿਹੜੀ ਗੱਲ ਨੂੰ ਮਾਈਂਡ ਕਰ ਜੇ। ਇਹ ਤਾਂ ਹੁਣ ਕਿਸੇ ਦੇ ਅੰਦਰ ਤਾਂ ਨਹੀਂ ਨਾ ਵੜਿਆ ਹੋਇਆ, ਐਂ ਤਾਂ ਫਿਰ ਰੋਜ਼ ਬੱਸਾਂ ਚੜ੍ਹਨ ਬੰਦ ਕਰ ਦੋਗੇ। ਬੱਸਾਂ 'ਚ 20 ਵਾਰੀ ਹੁੰਦੀ ਕੰਡਕਟਰਾਂ ਨਾਲ। ਉਹ ਕਹਿੰਦੇ 2 ਲੱਖ ਦੇ ਕਰੀਬ ਸ਼ਰਧਾਲੂ ਜਿਹੜੇ ਆ ਨਤਮਸਤਕ ਹੋਣ ਵਾਸਤੇ ਆਉਂਦੇ ਆ, ਔਰ ਕੱਲੇ ਕੱਲੇ ਦੀ ਚੈਕਿੰਗ ਕਰਨਾ, ਇਸ ਕਰਕੇ ਵੀ ਕਹਿੰਦੇ ਫਰਸਟ੍ਰੇਸ਼ਨ, ਇਰੀਟੇਸ਼ਨ। ਹਾਲਾਂਕਿ ਕੁਝ ਚੀਜ਼ਾਂ ਜਿਹੜੀਆਂ ਸੀ ਉਹ ਗਲਤ ਸੀ, ਇਹਨੂੰ ਕੋਈ ਡਿਨਾਈ ਨਹੀਂ ਕਰ ਰਿਹਾ। ਨਹੀਂ ਮੈਂ ਤਾਂ ਕਹੀ ਜਾਣਾ ਵੀ ਇੰਨਾ ਲੱਖ ਇੰਨੇ ਸ਼ਰਧਾਲੂ ਆਉਂਦੇ ਨੇ, ਕਿਸੇ ਨਾ ਕਿਸੇ ਨੂੰ ਸ਼ਰਧਾਲੂ ਹੀ ਨਹੀਂ ਉੱਥੇ, ਸੇਵਾਦਾਰੀ ਇੰਨੇ ਜ਼ਿਆਦਾ ਨੇ, ਡਿਊਟੀ ਬਹੁਤ ਹੈ ਉਹਨਾਂ ਦੀ। ਤੁਸੀਂ ਉੱਥੇ ਗਏ ਹੋ ਨਤਮਸਤਕ ਹੋਣ, ਉਹਦੇ ਵਿੱਚ ਤੁਸੀਂ ਨਿਮ ਕੇ ਰਹਿਣਾ ਹੁੰਦਾ, ਉੱਥੇ ਕੋਈ ਬੇਇੱਜ਼ਤੀ ਨਹੀਂ ਕਰਦਾ। ਪਹਿਲੀ ਗੱਲ ਇਹ ਮੈਂ ਕਹਿਣ ਨੂੰ ਤਿਆਰ ਹਾਂ ਵੀ ਦਰਬਾਰ ਸਾਹਿਬ 'ਚ ਕੋਈ ਜੇ ਕਿਸੇ ਨੇ ਟੋਕਿਆ ਵੀ ਆ, ਉਹ ਬੇਇੱਜ਼ਤੀ ਵਾਸਤੇ ਨਹੀਂ ਟੋਕਿਆ। ਉਹਦੇ ਟੋਕਣ ਦਾ ਢੰਗ ਮਾੜਾ ਹੋ ਸਕਦਾ, ਉਹਦੀ ਭਾਸ਼ਾ ਮਾੜੀ ਹੋ ਸਕਦੀ ਹੈ, ਪਰ ਉਹਦੀ ਭਾਵਨਾ ਦਰਬਾਰ ਸਾਹਿਬ ਜਿਹੜਾ ਮਰਜ਼ੀ ਸੇਵਾਦਾਰ ਹੋਵੇ, ਉਹਦੀ ਭਾਵਨਾ ਉਸ ਬੰਦੇ ਦੀ ਬੇਇੱਜ਼ਤੀ ਕਰਨਾ ਨਹੀਂ ਹੁੰਦੀ, ਕਦੀ ਵੀ ਨਹੀਂ ਹੁੰਦੀ। ਹਾਂ, ਇੱਕ ਗੱਲ ਉਹਦੀ ਹੋ ਸਕਦੀ ਹੈ ਵੀ ਯਾਰ ਕਿਤੇ ਗੁਰੂ ਦੀ ਬੇਅਦਬੀ ਨਾ ਹੋ ਜਾਵੇ, ਉਹਦੀ ਭਾਵਨਾ ਉਲਟੀ ਹੁੰਦੀ ਹੈ। ਉਹਦੀ ਭਾਵਨਾ ਉਹਦੀ ਬੇਇੱਜ਼ਤੀ ਕਰਨਾ ਨਹੀਂ ਹੁੰਦਾ, ਕਦੀ ਵੀ ਨਹੀਂ ਹੁੰਦਾ। ਸੋ ਇਸ ਕਰਕੇ ਜਦ ਅਸੀਂ ਉੱਥੇ ਸ਼ਰਧਾਲੂ ਦੇ ਤੌਰ 'ਤੇ ਗਏ ਹਾਂ, ਮੈਂ ਹਸਪਤਾਲ 'ਚ ਮਰੀਜ਼ ਆਉਂਦੇ ਸੀ, ਮੈਂ ਕਹਿੰਦੇ ਯਾਰ ਤੁਸੀਂ ਇੱਥੇ ਇਲਾਜ ਕਰਾਉਣਾ ਕਿ ਇੱਥੇ ਤੁਸੀਂ 5 ਸਟਾਰ ਹੋਟਲ ਦੀ ਤਰ੍ਹਾਂ ਰਹਿਣਾ ਹੋ। ਜਿਹੜੇ ਉਦੇਸ਼ ਵਾਸਤੇ ਆਪਾਂ ਜਾਂਦੇ ਹਾਂ, ਆਪਾਂ ਰੇਲਵੇ ਪਲੇਟਫਾਰਮ 'ਤੇ ਜਾਂਦੇ ਹਾਂ, ਚਾਹੇ ਤੁਸੀਂ ਸ਼ਤਾਬਦੀ ਫੜਨੀ ਹੋਵੇ, ਉੱਥੇ ਵੀ ਤਾਂ ਉਹੀ ਜਿਹੀ ਟੁੱਟੀ ਕੁਰਸੀ ਹੁੰਦੀ ਉਸੇ 'ਚ ਬਹਿੰਦੇ ਹੋ। ਉੱਥੇ ਕਿਉਂ ਨਹੀਂ ਬੋਲਦੇ, ਨਾਲ ਕਿਰਾਇਆ ਦਿੱਤਾ ਹੁੰਦਾ। ਸੋ ਇਸ ਕਰਕੇ ਅਸੀਂ ਜਿੱਥੇ ਜਿਹੜੇ ਉਦੇਸ਼ ਵਾਸਤੇ ਵਿਕਰਮ ਜੀ ਜਾਂਦੇ ਹਾਂ, ਸਾਡਾ ਉਦੇਸ਼ ਅੱਗੇ ਹੈ ਕਿ ਸਾਡਾ ਹੰਕਾਰ ਅੱਗੇ ਹੈ। उदे ही छके होना। हंकार नहीं हुंदा, हंकार नूं अगे नहीं रखना। संत साडे सारे धर्म कहंदे ने भी पंज बकार ने, इन्हां बिना सरदा भी नहीं, पर इन्हां नूं कंट्रोल च रखना जरूरी है। इसे करके कहा गुरु ग्रंथ साहब दे विच, ज्ञान खड़ग लै मन सिओ दूजे मनसा मने समाई है। ज्ञान की खड़ग नाल इन्हां पंजां नूं मारना। कोई नहीं कहता उन्हें, चलो मान लिया भी, उन्हें थोड़ा जहा थोड़ा सख्त शब्द भी बोलते होना, ये नहीं मान लो आप दो घड़ी, हालांकि बोले नहीं है, जे बोल भी देते, बल्कि उन्हें कहा पता नहीं कि उन्हें बदतमीज या कुछ ऐसा शब्द वरत्या कुड़ी ने, पर उन्हें इन्ना ही कहा सेवादार ने भी तुसीं इदां दे शब्दां ना बोलो। हुण जे तुसीं बकवास, हाँ बकवास, मैं बदतमीज वर्ड कर बकवास, हुण जे तुसीं तां बकवास तक आड़ी नूं कह दिंदे हो, वो ड्यूटी ते खड़ा है, ਉਹ ਫੇਰ ਨਹੀਂ ਤੁਹਾਨੂੰ ਕੁਝ ਕਹਿੰਦਾ, ਤੇ ਤੁਹਾਨੂੰ ਸਿਰਫ ਇੰਨਾ ਹੀ ਕਿਹਾ ਵੀ ਮੂੰਹ ਧੋ ਆਓ। ਤੇ ਇਹਦੇ ਚ ਕਿਹੜੀ ਤੁਹਾਨੂੰ ਉਹਨਾਂ ਨੇ ਕਿਹੜੀ ਮਾੜੀ ਗੱਲ ਕਹਿਤੀ? ਤੁਸੀਂ ਉੱਥੇ ਨਹੀਂ ਕਹਿੰਦੇ, ਤੁਸੀਂ ਤਾਂ ਉੱਥੇ ਕਹਿੰਦੇ ਵੀ ਇਹ ਦਲ ਤਾਂ ਅਸੀਂ ਅੰਦਰ ਵੀ ਨਹੀਂ ਵੜਨ ਦੇਣਾ ਮੰਦਰ ਦੇ। ਹੁਣ ਤਾਂ ਤੁਹਾਨੂੰ ਕੋਈ ਨਹੀਂ ਰੋਕਿਆ। ਫਰਜ਼ ਕਰੋ ਉਹਦਾ ਕੁੜੀ ਦਾ ਸਿਰ ਨੰਗਾ ਹੁੰਦਾ, ਮੰਨ ਲਓ ਚੁੰਨੀ ਗਿਰ ਗਈ ਹੁੰਦੀ, ਜੋ ਇਹ ਕਹਿੰਦਾ ਵੀ ਬੀਬਾ ਚੁੰਨੀ ਸਿਰ ਤੇ ਢੱਕ ਲਓ, ਤੇ ਉਹਨੂੰ ਤਾਂ ਇਹ ਵੀ ਬੁਰਾ ਲੱਗ ਸਕਦਾ ਸੀ। ਫਿਰ फिर तक कुछ भी, फिर तुम जाओ ही ना उत्थे। जे तुहानू बंदे दी हर गल बुरी लगदी, फिर जांदे क्यों? सो मैनू ऐ लगदा है भी वो कुड़ी शदादू दे तौर ते घट गई सी। जे इन्वेस्टिगेशन होएगी तां पॉसिबल है, ये संभव है कि गल निकल आवे कि शदादू दे तौर ते घट गई सी, ये गई हुई इसे भी कोई ना कोई पंगा जा पै जे। क्योंकि जब तुसीं ना एक सांग जा वो देखण नूं भावें लगदा तिरंगा, किन्ने क लोग ने जे तिरंगा, मैं मानदा भी 26 जनवरी नूं लोग बना लैंदे ने, रोज़ ही तां तिरंगा कोई बनाई नहीं फिरदे। ਤੁਸੀਂ ਤਿਰੰਗਾ ਬਣਾ ਕੇ ਉੱਥੇ ਜਾਂਦੇ ਹੋ, ਜੇ ਤੁਸੀਂ ਊਂ ਬਣਾ ਹੋਵੇ ਉੱਥੇ ਤਾਂ 50 ਬੰਦੇ ਤੁਹਾਡੇ ਫੇਸ ਵੱਲ ਵੈਸੇ ਹੀ ਦੇਖਣ ਲੱਗ ਜਾਣਗੇ, ਚਾਹੇ ਤੁਸੀਂ ਮੁੰਡਾ ਚਾਹੇ ਕੁੜੀ ਹੋ। ਫਿਰ ਤੁਸੀਂ ਕਹੋਗੇ ਜੀ ਮੇਰੇ ਤੋਂ ਬੁਰੀਆਂ ਨਜ਼ਰਾਂ ਨਾਲ ਦੇਖ ਰਿਹਾ ਜੀ, ਕਿਉਂਕਿ ਤੁਸੀਂ ਆਪਣਾ ਫੇਸ ਇਦਾਂ ਬਣਾ ਕੇ ਜਾ ਰਹੇ ਹੋ ਜਿਹੜਾ ਔਡ ਹੈ। ਇਸ ਕਰਕੇ ਨਹੀਂ ਵੀ ਫੇਸ ਨੰਗਾ ਤਾਂ ਦੇਖ ਰਹੇ ਨੇ, ਇਸ ਕਰਕੇ ਨਹੀਂ, ਜਿਵੇਂ ਇਹ ਬੀਜੇਪੀ ਵਾਲੇ ਕਹਿੰਦੇ ਨੇ ਵੀ ਯਾਰ ਛੋਟੇ ਕੱਪੜੇ ਪਾਉਂਦੀਆਂ ਨੇ ਕੁੜੀਆਂ ਤਾਂ ਲੋਕ ਉਹਨਾਂ ਵੱਲ ਦੇਖਦੇ ਨੇ, ਇਸ ਕਰਕੇ ਨਹੀਂ ਹੈ। ਉਹ ਕੱਪੜੇ ਤਾਂ ਸਾਰੀਆਂ ਹੀ ਪਾਉਂਦੀਆਂ ਨੇ, ਸਿਰਫ ਜੇ ਤੁਸੀਂ ਕੋਈ ਔਰ ਚੀਜ਼ ਬਣਾ ਕੇ ਜਾਓਗੇ ਆਪਦੇ ਫੇਸ ਤੇ ਤਾਂ ਲੋਕ, ਆਪਾਂ ਆਮ ਗਲੀ 'ਚ ਨਹੀਂ ਦੇਖਦੇ ਵੀ ਇਹ ਕੀ ਹੋ ਗਿਆ ਯਾਰ। ਇਹ ਆਮ ਮਨੁੱਖੀ ਆਦਤ ਹੈ, ਇਹ ਮਨੁੱਖੀ ਸੁਭਾਅ ਦਾ ਹਿੱਸਾ ਹੈ। ਜਦ ਕੋਈ ਇੱਕ ਨਵੀਂ ਗੱਲ ਦੇਖਦਾ ਹੈ ਮਦਾਰੀ ਆ ਜੇ, ਉਦੋਂ ਨਹੀਂ ਆਪਾਂ ਭੱਜੇ ਜਾਂਦੇ। ਸੋ ਇਸ ਕਰਕੇ ਇਹ ਗੱਲ ਜਿਹੜੀ ਹੈ ਇਹਨੂੰ ਟਰੋਲ ਕਰਨਾ, ਇਹਨੂੰ ਟ੍ਰੈਂਡਿੰਗ ਨੰਬਰ 1 'ਤੇ ਲੈ ਕੇ ਜਾਣਾ, ਇਹ ਸ਼ੈਤਾਨੀ ਹੈ। ਇਹ ਸ਼ੈਤਾਨੀ ਕੀ ਹੈ? ਸ਼ੈਤਾਨੀ ਇਹ ਹੈ ਸਿੱਖਾਂ ਨੂੰ ਬਦਨਾਮ ਕਰਨਾ, ਸਿੱਖੀ ਨੂੰ ਬਦਨਾਮ ਕਰਨਾ, ਪੰਜਾਬੀਆਂ ਨੂੰ ਬਦਨਾਮ ਕਰਨਾ, ਪੰਜਾਬ ਨੂੰ ਅੱਗ ਲਾਉਣੀ। ਮੈਂ ਇੱਕ ਗੱਲ ਫਿਰ ਬੇਨਤੀ ਕਰਾਂਗਾ, ਜਿਹੜੇ ਵੀ ਇਹ ਕਰ ਰਹੇ ਨੇ, ਚਾਹੇ ਕਿਸੇ ਦੇ IT ਸੈੱਲ ਕਰ ਰਹੇ ਨੇ, ਚਾਹੇ ਕੋਈ ਜਾਣਬੁੱਝ ਕੇ ਕਰ ਰਹੇ ਨੇ, ਚਾਹੇ ਅਣਜਾਣੇ 'ਚ ਕਰ ਰਹੇ ਨੇ, ਚਾਹੇ ਉਹਨਾਂ ਨੂੰ ਗੁੱਸਾ ਤਾਂ ਕਰ ਰਹੇ ਨੇ, ਕੁਝ ਵੀ ਕਹਿ ਦਿਉ, ਚਾਹੇ ਉਹਨਾਂ ਨੂੰ ਪਤਾ ਨਹੀਂ ਹੈ ਤਾਂ ਕਰ ਰਹੇ ਨੇ ਕਿ ਉਹ ਘਟਨਾ ਅਸਲੀ, ਪਰ ਇਹ ਜਿੱਦੇ ਪੰਜਾਬ ਨਾ ਬਚਿਆ, ਇਹ ਪੰਜਾਬ ਨੇ ਦੇਸ਼ ਨੂੰ ਬਚਾ ਕੇ ਰੱਖਿਆ ਹੋਇਆ। ਜਿੱਦੇ ਪੰਜਾਬ ਨਾ ਬਚਿਆ ਉਹਦੇ ਦੇਸ਼ ਨੇ ਬਚਣਾ ਨਹੀਂ, ਇਹਨਾਂ ਨੂੰ ਬਹੁਤ ਭੁਲੇਖਾ ਹੈ। ਅੰਗਰੇਜ਼ ਨੇ ਆਇਆ, ਅੰਗਰੇਜ਼ ਤੇ ਪੰਜਾਬ ਸਭ ਤੋਂ ਬਾਅਦ ਕਾਬੂ 'ਚ ਆਇਆ ਸੀ, ਉਹਦੇ ਤੇ ਸਭ ਤੋਂ ਪਹਿਲਾਂ ਆਜ਼ਾਦ ਹੋਇਆ। 90 ਸਾਲ ਹੈ ਪੰਜਾਬ ਤਾਂ ਉਹਦੇ ਕਾਬੂ 'ਚ, ਬਾਕੀ ਤਾਂ 250 ਸਾਲ ਰਹੇ ਨੇ। ਸੋ ਇਸ ਕਰਕੇ ਇਹ ਦੇਸ਼ ਨੂੰ ਅੰਨ ਵੀ ਅਸੀਂ ਦਿੰਦੇ ਹਾਂ, ਫੌਜੀ ਵੀ ਅਸੀਂ ਦਿੰਦੇ ਹਾਂ, ਸੰਗਤ ਤੇ ਪੰਗਤ ਦਾ ਸਿਧਾਂਤ ਵੀ ਅਸੀਂ ਦਿੰਦੇ ਹਾਂ, ਕਰੋਨਾ 'ਚ ਲੰਗਰ ਅਸੀਂ ਦਿੱਤਾ ਸਭ ਨੂੰ। ਜਿਹੜੀਆਂ ਚੀਜ਼ਾਂ ਤੁਸੀਂ ਸਮਝਾ ਰਹੇ ਹੋ, ਜਿਹੜੀਆਂ ਚੀਜ਼ਾਂ ਤੁਸੀਂ ਸਮਝਾ ਰਹੇ ਹੋ ਬੜੇ ਵਿਸਥਾਰ ਦੇ ਨਾਲ, ਕਿਉਂਕਿ ਤੁਹਾਡੇ ਕੋਲ ਕੱਲੀ-ਕੱਲੀ ਚੀਜ਼ ਦੇ ਬਾਰੇ ਹਰੇਕ ਫੈਕਟ ਤੇ ਤੁਹਾਨੂੰ ਜਿੱਥੋਂ ਮਰਜ਼ੀ ਮੈਂ ਕਿਸੇ ਵੀ ਇਸ਼ੂ ਤੇ ਪੁੱਛਾਂ ਤਾਂ ਤੁਸੀਂ ਬੜਾ ਖੁੱਲ੍ਹ ਕੇ ਬੇਬਾਕੀ ਦੇ ਨਾਲ ਆਪਾਂ ਗੱਲ ਕਰ ਲੈਂਦੇ ਹਰ ਇਸ਼ੂ ਤੇ। ਇਸੇ ਕਰਕੇ ਕਿਉਂਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਆ, ਉਹ ਜ਼ਰੂਰ ਇਸ ਚੀਜ਼ ਨੂੰ ਲੈ ਕੇ, ਹਾਲਾਂਕਿ ਸਾਰੇ ਨਹੀਂ ਮੈਂ ਕਹਿ ਰਿਹਾ ਕਿ, ਪਰ ਬਹੁਤ ਸਾਰੇ ਜਿਹੜੇ ਬਹੁਤ ਗਿਣਤੀ ਉਹ ਇਸੇ ਚੀਜ਼ ਨੂੰ ਪਤਾ ਨਹੀਂ ਕਿਹੜੀ ਹੋਰ ਹੀ ਰੰਗਤ ਦੇ ਵਿੱਚ ਲੈ ਕੇ ਚੱਲ ਰਹੇ ਹੋ। ਕਹਿੰਦੇ ਕਿ ਜੀ ਤਿਰੰਗਾ ਛਾਪਿਆ ਹੋਇਆ ਸੀ ਇਸ ਕਰਕੇ, ਨਾਲੇ ਉਹ ਕਹਿੰਦੇ ਠੀਕ ਹੈ SGPC ਨੇ ਵੀ ਕਿਹਾ, ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਕਹਿੰਦੇ ਕਿ ਭਾਈ ਪੰਜਾਬ ਜਿਹੜਾ ਹੈ, ਪੰਜਾਬ ਭਾਰਤ ਦਾ ਇੱਕ ਅੰਗ ਹੈ ਔਰ ਇੱਕ ਅੰਗ ਨਹੀਂ ਅਹਿਮ ਅੰਗ ਹੈ ਪੰਜਾਬ ਭਾਰਤ ਦਾ, ਠੀਕ ਹੈ। ਉਹਨੇ ਜਿਹੜੀ ਇਹ ਗੱਲ ਕਹੀ ਇਹ ਗਲਤ ਸੀਗਾ, ਪਰ ਉੱਥੇ ਇਸ ਇਸ਼ੂ ਨੂੰ ਜਿਹੜਾ ਅਸੀਂ ਹੁਣ ਪੂਰਾ ਸਨਸਨੀ ਫੈਲਾ ਕੇ ਜਾਂ ਇਸ ਪੂਰੇ ਇਸ਼ੂ ਦੇ ਉੱਪਰ ਉਹ ਨੈਗੇਟਿਵ ਕਮੈਂਟਿੰਗ ਹੋ ਰਹੀ ਹੈ, ਇਸ ਚੀਜ਼ ਨੂੰ ਲੈ ਕੇ ਖਾਲਿਸਤਾਨੀ ਕਿਹਾ ਜਾ ਰਿਹਾ ਇਸ ਚੀਜ਼ ਨੂੰ। ਨਹੀਂ ਨਹੀਂ, ਮੈਂ ਵਿਕਰਮ ਜੀ ਮੈਂ ਹੋਰ ਕਹਿਣਾ, ਤੁਸੀਂ ਵੀ ਇਹਨੂੰ ਥੋੜਾ ਜਿਹਾ ਸੌਫਟ ਲੈ ਰਹੇ ਹੋ। ਉਹਨੇ ਤਿਰੰਗੇ ਦਾ ਥੋੜਾ ਵਿਰੋਧ ਕਰਿਆ, ਉਹਨੇ ਤਿਰੰਗੇ ਦਾ ਵਿਰੋਧ ਹੀ ਨਹੀਂ ਕਰਿਆ, ਮੈਂ ਗਰੰਟੀ ਦਿੰਦਾ ਵੀ ਉਹਨੇ ਤਿਰੰਗੇ ਦਾ ਵਿਰੋਧ ਨਹੀਂ ਕਰਿਆ। ਕੋਈ ਸੇਵਾਦਾਰ ਸ਼੍ਰੋਮਣੀ ਕਮੇਟੀ ਦਾ ਤਿਰੰਗੇ ਦਾ ਵਿਰੋਧ ਨਹੀਂ ਕਰਦਾ। ਉਹਨੇ ਉਹਦੇ ਫੇਸ ਤੋਂ ਸਾਫ਼ ਕਰਾਉਣ ਨੂੰ ਕਿਹਾ, ਫੇਸ ਤੇ ਜੇ ਕੁਝ ਹੋਰ ਲੱਗਿਆ ਹੁੰਦਾ, ਜੇ ਫੇਰ ਕਹਿੰਦੇ ਸਾਫ਼ ਕਰ ਦੋ, ਫਿਰ ਉਹ ਤਿਰੰਗੇ ਦਾ ਵਿਰੋਧ ਹੋ ਜਾਂਦਾ। ਇਹ ਤਿਰੰਗੇ ਦਾ ਵਿਰੋਧ ਨਹੀਂ ਸੀ, ਜਿਹੜੇ ਨੂੰ ਤਿਰੰਗੇ ਦਾ ਵਿਰੋਧ ਲਾਉਂਦੇ ਨੇ ਉਹ ਸ਼ਰਾਰਤੀ ਅੰਸਰ ਨੇ, ਉਹ ਦੇਸ਼ ਨੂੰ ਖਰਾਬ ਕਰਨਾ ਚਾਹੁੰਦੇ ਨੇ। मैं वो सेवादार नूं तो नहीं ना मिलिया, मैं उन्हें जानता नहीं, मैं दरबार साहब च जाता रहना, मैं तुहानूं इत्थे बैठा गारंटी दे सकदा भी सेवादार ने इस करके नहीं उन्होंने टोकिया भी तिरंगा है, इस करके टोकिया भी टैटू है, इन्हूं साफ करो। ये दोनों च फर्क है, वो टैटू कोई होर भी हो सकता सी, तिरंगे करके बिल्कुल नहीं कोई टुटिया। जिहड़ा इहनूं तिरंगे करके बनाया इहदा मतलब जान बुझ के तिरंगा बना के गए, जान बुझ के उहदा इशू बनाउणा सी ते जान बुझ के बनाया जा रहा है। इत्थों ही तां मैनूं शक पैंदा है जिहड़े साडे धार्मिक हिंदू ने उन्होंने तो समझ लेना चाहिए क्योंकि हिंदू धर्म तो सबने इंसान कहता है, वो तो वसुधा कुटुंबम कहता है, सारे हिंदू तो माड़े नहीं है। सो उन्होंने ये भीड़ तंत्र क्यों शामिल होंगे ने, उन्होंने बल्कि टोकना चाहिए। जे मैं हिंदुओं को टोकांगा तो वो छेती मेरी गल सुन लेंगे, फिर भी मेरे से लांछन नहीं ला सकते। तुम टोकोगे तो लांछन ला देंगे, इन्हें तुम किसी सिख को गलती कर दें टोकोगे थोड़ा कुछ नहीं कहे, हो सकता मैनू जो नहीं जानता वो मेरे से लांछन ला दे। ये अपन पता ही है समाज का एक बच्ची है, ये मनुखी साइकोलॉजी है, ठीक है ना। सो पर एक गल सच्ची देखो, मैं सारे बरतारे देख के कह रहा, वो वीडियो सुनी है मैं, दूजिया की सुनी है मैं, वो ग्रंथी की सुनी है, उन्हें भी अपील करी है कि मैं सेवादार ने, हाँ सेवादार ने, सॉरी मैं ग्रंथी कह गया, सेवादार ने, मैं सारे का सुनिया। वो कहना मैं हुण भी ड्यूटी से जा रहा, मैं कोई लग लपेट नहीं रख रहा, मैं ये कहना भी ये गल जी ग्रंथी सिंह वल्लों ना कही जाती जां कोई होर तरीके नाल कही जाती तां ठीक होंदा, होर ठीक, ठीक है। पर वो कही गई, रोज बसां च नहीं कंडक्टर नाल हो जाता, फिर आपां बस चढ़नी बंद कर दिंदे हां, हस्पताल च 20 वारी होंदा, कदे किसी नाल होगा फिर वो इलाज करवाना बंद कर दें जां असीं इलाज करना बंद कर दिंदे हां। ऐ नहीं होंदा, असीं जिहड़े काम वास्ते उत्ते गए वो काम साडा मुख होंदा है। जे वो काम दे विच वड्डी विघन पैंदा तां तां जी छोटी मोटी गल होगी तां की है, आप चलो मान लो उत्ते चले जाने विच लग्या कोई लड़की नूं लग्या भी लड़का मेरे च जान के विच लग्या, हो सकदा उस भाई के लग्या होवे, हो सकदा जान के लग्या होवे। जो यही कहे भी भाई ध्यान नाल तुरो, भी ध्यान नाल तुर जरा, ਉਹਦੇ ਨਾਲ ਉਹਦੀ ਮਨ ਦੀ ਸ਼ਾਂਤੀ ਵੀ ਭੰਗੜੀ ਹੁੰਦੀ। ਉਹ ਤਾਂ ਉੱਥੇ ਸ਼ਾਂਤੀ ਲੈਣ ਗਈ ਹੈ ਨਾ, ਦਿਖਾਵਾ ਤਾਂ ਕਰਨ ਗਈ ਨਹੀਂ ਕੁੜੀ। ਹੋਰ ਗਰਗ ਸਾਹਿਬ ਇੱਕ ਹੋਰ ਵੀਡੀਓ ਵੀ ਆ ਗਿਆ ਐਸਜੀਪੀਸੀ ਨੇ ਰਿਲੀਜ਼ ਕੀਤਾ, ਉਹਦੇ ਵਿੱਚ ਇਹ ਹੈ ਕਿ ਕੁੜੀ ਆਉਂਦੀ ਆ ਪਹਿਲਾਂ, ਇਹ ਝੰਡੇ ਵਾਲੀ ਗੱਲ ਜਿਹੜੀ ਆ ਜਾਂ ਟੈਟੂ ਵਾਲੀ ਗੱਲ ਬਾਅਦ ਚ ਹੁੰਦੀ ਹੈ। ਉਸ ਸੀਸੀਟੀਵੀ ਫੁਟੇਜ ਵੀ ਰਿਲੀਜ਼ ਕਰਤਾ ਉਹਨਾਂ ਨੇ, ਔਰ ਉਹਦੇ ਉੱਪਰ ਨਜ਼ਰ ਆਉਂਦਾ ਉਹ ਪਹਿਲਾਂ ਪੈਰਾਂ ਲਕੇਂਦਾ, ਕਹਿੰਦਾ ਬੀਬੀ ਜੀ ਜਿਹੜਾ ਥੋੜਾ ਜਿਹੜਾ ਥੋੜਾ ਪਹਿਰਾਵਾ ਠੀਕ ਕਰਕੇ ਆਓ। ਕੁਛ ਇੱਕ ਸੈਕਿੰਡ 2 4 5 ਸੈਕਿੰਡ ਹੁੰਦੇ ਆ और कहते कैपरी टाइप सी, और वो फिर कुड़ी थोड़ा जा स्कर्ट थले खिंचन की कोशिश भी करती है, और उस तो बाद फिर अपनी फैमिली नूं बुला के लियाउंदी है, और उस तो बाद फिर ये पूरी कहानी जिहड़ी है शुरू होंदी है, फिर मोबाइल चालू हुंदा उहनां दा। मैं यही सारा देखिया, यही सुनिया। वो ग्रंथी सिंह मैं आख्या भी भाई थोड़े कपड़े ठीक कर लो, पहला उन्हें शब्द यही वरत्या ग्रंथी सिंह, सॉरी उन्हें सेवादार ने यही कहा। ਅਸੀਂ ਮੰਨ ਲਓ, ਮੈਂ ਕਹਿੰਦਾ ਮੰਨ ਲਓ ਵੀ ਮੈਂ ਤਾਂ ਇਸ ਪਾਸੇ ਜਾਂਦਾ ਹੀ ਨਹੀਂ, ਇਹ ਸ਼੍ਰੋਮਣੀ ਕਮੇਟੀ ਜਸਟੀਫਿਕੇਸ਼ਨਾਂ ਚ ਪੈਂਦੀ ਆ, ਪੈਣ ਦੀ ਲੋੜ ਹੀ ਨਹੀਂ, ਮੇਰੇ ਹਿਸਾਬ ਨਾਲ ਹੀ ਪੈਣ ਦੀ ਲੋੜ ਆ। ਐਵੇਂ ਕਹਾਂ ਮੈਂ ਕਹਿੰਦਾ ਜੀ ਸੇਵਾਦਾਰ ਨੇ ਕਹਿ ਤਾ ਵੀ ਬੀਬਾ ਤੂੰ ਆਹ ਟੈਟੂ ਲਾਇਆ, ਮੰਨ ਲਿਆ, ਠੀਕ ਹੈ। ਫਿਰ ਕੀ ਹੋ ਗਿਆ, ਉਹਨੇ ਬਲਕਿ ਉਦੋਂ ਕਹਿ ਤਾ ਵੀ ਤੂੰ ਬਕਵਾਸ ਮਾਰਨਾ, ਬਕਵਾਸ ਕਿਉਂ ਮਾਰਿਆ, ਉਹਨੇ ਫਿਰ ਨਹੀਂ ਕੁਛ ਕਿਹਾ। ਉੱਥੇ ਤਾਂ ਜੇ ਆਇੰਗ ਮੰਨਣਾ क्योंकि वो है गुरु का घर, अदरवाइज तो फिर जो सिखा है समझते भी साडा है तो फिर तो ऐ नहीं कह सकती सी है, सानू कोई बेइज्जती करके बकवास कह के दिखावे। उस क्योंकि सेवादार सी, उन्हें बकवास कहता, उन्हें कहा बीबा ऐ तो ना कर। तुसीं फर्क देखो, जिहड़े बंदे ये सुनने नूं तैयार नहीं कि सेवादार ने यह कहा भी बीबा तू, वो बकवास नूं नहीं, उन्होंने बकवास कहना, मैं कहना उन्होंने टोकता, उन्होंने बकवास कहना कित्थों हक हो गया, उसकी ड्यूटी नहीं। अज तक तुम हरेक ले जाके गल पे जो दरवाजे से पीएन खड़े किसी आई एस अफसर के या किसी भी अफसर ने, वो कहना भी अंदर नहीं जाना जी, वो सुपड़ मारोगे, तुम बकवास कहोगे, फिर तुम होम तक ले, वो भी तो ड्यूटी कर रहा है। ਉਹਦੀ ਡਿਊਟੀ 'ਚ ਕਿ ਜੇ ਕੋਈ ਗਲਤੀ ਹੈ ਤਾਂ ਉਹਦੇ ਬੌਸ ਨੂੰ ਦੱਸੋ ਨਾ, ਉਹਦੇ ਨਾਲ ਕਦੇ ਬਸ ਮੰਗ ਲੈਂਦੇ ਹੋ, ਮੰਨ ਲਿਆ ਸੇਵਾਦਾਰ ਦੀ ਗਲਤੀ ਹੈ, ਚਲੋ ਐ ਮੰਨ ਲਓ। ਫਿਰ ਸੇਵਾਦਾਰ ਦੇ ਉੱਤੇ ਤੁਸੀਂ ਸ਼ਿਕਾਇਤ ਕਰ ਦਿਓ ਕਿ ਜੀ ਦੇਖੋ ਤੁਹਾਡੇ ਸੇਵਾਦਾਰ ਨੇ ਮੈਨੂੰ ਐ ਕਿਹਾ, ਇਹ ਗੱਲ ਠੀਕ ਨਹੀਂ ਹੈ। ਉਹਦਾ ਸੋਲਿਊਸ਼ਨ ਹੈ ਨਾ, ਵਿੱਚ ਹੀ ਬੈਠੇ ਨੇ, ਉੱਥੇ ਦਫ਼ਤਰ ਹੈ, ਉੱਥੇ ਸਭ ਕੁਛ ਹੈਗਾ, ਔਰ ਗੱਲ ਸੁਣਦੇ ਨੇ, ਐਂ ਨਹੀਂ ਵੀ ਸੁਣਦੇ ਨਹੀਂ ਹੈਗੇ, ਉਹ ਗੱਲ ਵੱਖਰੀ ਆ ਵੀ ਗਾਹਾਂ ਕਰਦੇ ਕੀ ਨਹੀਂ ਕੀ ਨਹੀਂ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਅੱਜ ਪੰਜਾਬ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਤਿਆਰੀਆਂ ਨੇ, ਇਹ ਮਾੜੀ ਗੱਲ ਹੈ। कि जेड़ा ये बार बार घुमाया जा रहा, मैं फिर कहना भी ये ला के टैटू गई जान के है, टैटू सवा के नहीं लग्या होया। क्योंकि जे सवा के टैटू लग्या होंदा बकवास तो चलो सवा के कहा जा सकता, कोई बच्चे अजकल के अपन पता ही है जिहा जिहा लफ्ज बोलते हैं, पर यह वायरल नहीं होनी सी, यदि वीडियो नहीं बननी सी। वीडियो क्यों बनाई गई? यदा मतलब तुहाडे मन च पहला ही जिन मन होर मुख होर से कांडे कच्चा, इहदे मन च पहला ये सी वी आपां कोई ना कोई नहीं तो वीडियो बनाउंदी। मैं ये समझ, हालांकि उत्थे लिखिया होया भी फोटोग्राफी मना है, लाइन दे उत्ते मैं उत्थे लिखिया होया, पर फिर भी लोग खिंची जांदे ने। हुण सेवादार किहदे किहदे नाल लड़े, लखां श्रद्धालु रोज आउंदे ने, इन्ने सेवादार ने, इन्नियां ड्यूटियां ने। हुण कल्ले कल्ले नाल तुसीं किन्ने बंदे उत्थे मतलब वो गल्लां करदे ने जिहड़ियां उत्थे जिहड़ी मर्यादा है वो तो थोड़ियां बाहर हुंदियां ने, उहनूं वो बर्दाश्त भी करदे ने, किते टोकदे भी ने, किते बर्दाश्त भी कर लैंदे ने। अज एक मैं छोटी जी बिक्रम जी कहानी सुना दिंदा। एक ना कुत्ता रस्ते च बैठा सी, उहनूं सारे लोग इट्टां मारदे सी, शहरां ने कहता इहदे इट्टां मारो, वो किते नूं भौंक के किते नूं भज जांदा, किते इट्ट ਵੱਜਦੀ ਉਹਦੇ ਐ। एक साधु ਲੰਘਿਆ ਜਾ ਰਿਹਾ ਸੀ, ਉਹ ਰਸਤਾ ਬਥੇਰਾ ਸੀ, ਉਹਨੇ ਸੋਚਿਆ ਤਾਂ ਸਾਧੂ ਮਹਾਤਮਾ ਇਹਨੇ ਕੀ ਲੈਣਾ ਹੈ, तो साधु ने फिर सोटी मारी, उन्हें उन्होंने वढ़ लिया। वो धर्मराज को साधु कहना देखो जी मैनू वढ़ लिया, बाकी उन्हें कुछ नहीं कहना, कहना भी ये तो बड़ी पाप है। चलो उन्होंने पूछ लिया, उन्होंने पूछा, वो कहना जनाब, कहना लोग तो मूर्ख ने, उन्होंने ज्ञानवान है नहीं, वो मेरे इट्टा उट्टा मारते, मैं कदे बचा कर रहा, कदे भौंके सार रहा, कदे मेरे सट लगती, पर मैं वढ़िया किसी नूं नहीं। ये महात्मा सीगे, ये तुरे आ रहे, इन्होंने की लेने तो महात्मा ने, ये तो मैनू आस उम्मीद सी। हाँ, सो इस करके इन्होंने मेरे आके सोटी मारी, मेरे को बटन तो सिवाय कोई चारे नहीं सी। वो कुड़ी तो उत्थे श्रद्धालु बन के गई है, क्योंकि जे तो कोई उत्थे मतलब माड़े इरादे नाल गया होगा फिर तो उन्होंने तो सेवादार होर तरह लैणगे, वो श्रद्धालु बन के गई है, उन्होंने सेवादार ने अपनी ड्यूटी निभाई है। वो ड्यूटी निभाउण दी उन्होंने बुरी लग सकती है, वो ड्यूटी दे विच सेवादार नूं महसूस हुंदा कि मेरी ये ड्यूटी, मैं सर्जरी करना तो मैनू लगता भी इन्हों कट्टना चाहिए अंग नूं। दूजा सर्जन कहना नहीं कट्टना चाहिए, पर सर्जरी तो मैं कर रहा ना, फैसला तो मैं ही करूँगा ना मौके ते। इदां ही वो सेवादार ने मौके ते फैसला करना भी ये टैटू वाली कुड़ी नूं धोण नूं कहना या नहीं कहना। देखो आप ये मन के चलना पऊगा, ये ह्यूमन साइकी है, उसकी जजमेंट गलत है ठीक है। जिहड़ा ड्राइवर गड्डी चला रहा है वो किधर नूं मोड़ा देना है, ब्रेक लाना है, ओवरटेक करना, उसे नूं पता है ना जिहड़ा स्टेयरिंग ते बैठा है। सो इस करके सेवादार जी मेरे हिसाब नाल कोई गलती नहीं है, सेवादारां नूं उंज ध्यान रखना चाहिए इन्हां गल्लां दा, ते जां उहनूं कहना भी बाबा कोई नहीं शहर मैं उत्तों पुछना। इन्नी क जरूर SGPC नूं करनी चाहिदी है भी जिथे कोई कॉन्ट्रोवर्सी होवे आप ही उत्थे करन दी बजाय थोड़ा जिहा एक होर सीने बंदा बिठा देन उत्थे कंपलैक्स ते, भी भाई उहनूं मड़ जा पुछ लिया करो भी आह गल है, दसो की करिए। पर जी जी जिहड़े लोग ट्रोल कर रहे ने, ट्रोल कर रहे ने, उहनूं अफसोस इस गल दा, ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਟ੍ਰੋਲ ਕਰ ਰਹੇ ਨੇ। ਉਹ ਤੋਂ ਮੈਂ ਕਨਕਲੂਜ਼ਨ, ਉਹ ਤੋਂ ਮੈਂ ਸਿੱਟਾ ਇਹ ਕਰਦਾ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਵੀ ਇਹਦਾ ਮਤਲਬ ਇਹ ਸੀ ਵੀ ਇਰਾਦੇ ਕੁਝ ਹੋਰ ਸੀ, ਉਹ ਦਰਸ਼ਨ ਵਾਸਤੇ ਨਹੀਂ ਗਏ। ਜਿਵੇਂ ਜਿਹਨੇ ਬੇਅਦਬੀ ਕਰਨ ਗਿਆ ਸੀ ਉਹ ਵੀ ਤਾਂ ਹੀ ਗਿਆ ਸੀ, ਉਹਦੇ ਵੀ ਐਂ ਟਿਕਨੇ ਜਿਹੇ ਲਾਏ ਹੋਏ ਸੀ, ਨੀਲੇ ਜਿਹੇ ਬੰਨਿਆ ਹੋਇਆ ਸੀ, ਉਹਦੇ ਤੇ ਟਿਕਨੇ ਸੀ, ਉਹਦੇ ਨਾਲ ਚਾਰ ਬੰਦੇ ਉਹਨੂੰ ਪ੍ਰੋਟੈਕਸ਼ਨ 'ਚ ਖੜੇ ਸੀ। ਮੈਂ ਆਪ ਦੇਖਿਆ ਜਿਹਨੇ ਅੰਦਰ ਛਾਲ ਮਾਰੀ ਹੈ, ਉਹ ਵੀਡੀਓ ਵੀ ਮੈਂ ਦੇਖਿਆ। ਤੇ ਇਹ ਭਾਈ ਕਿਸੇ ਦੇ ਮੂੰਹ ਤੇ ਤਾਂ ਦਿਖਿਆ ਨਹੀਂ ਹੋਇਆ ਵੀ ਬੇਅਦਬੀ ਨਹੀਂ ਕਰਨਾ ਆਇਆ, ਔਰ ਬੇਅਦਬੀ ਦੀਆਂ ਘਟਨਾਵਾਂ ਰੋਜ਼ ਹੁੰਦੀਆਂ ਨੇ। ਤੇ ਜੇ ਉੱਥੇ ਸੇਵਾਦਾਰ ਨੇ, ਅੱਛਾ ਫਿਰ ਜੇ ਬੇਅਦਬੀ ਸੇਵਾਦਾਰ ਦੇ ਹੁੰਦੇ ਹੋਗੀ ਫਿਰ ਕਹਿਣਗੇ ਜੀ ਸੇਵਾਦਾਰ ਕੀ ਕਰਦੇ ਸੀ। ਸੋ ਇਸ ਕਰਕੇ ਸਾਨੂੰ ਜਿਵੇਂ ਪੁਲਿਸਾਂ ਦਾ ਹਾਲ ਹੁੰਦਾ ਹੈ, ਅਸੀਂ ਦੇਖਦੇ ਰੋਜ਼ ਹੀ ਕਈ ਜਗ੍ਹਾ ਤੋਂ ਜਾਤੀ ਵੀ ਕਰ ਜਾਂਦੇ ਨੇ। ਇਸ ਗੱਲ ਨੂੰ ਅੱਜ ਆਪਾਂ ਇੱਥੇ ਵਿਕਰਮ ਜੀ ਮੈਂ ਕਹਾਂਗਾ, ਮੈਂ ਸਾਰੀ ਜਿਹੜੀ ਹਿੰਦੂ ਕਮਿਊਨਿਟੀ ਉਹਨੂੰ ਵੀ ਬੇਨਤੀ ਕਰਾਂਗਾ, ਸਾਰੀ ਸਿੱਖ ਕਮਿਊਨਿਟੀ ਨੂੰ ਵੀ ਬੇਨਤੀ ਕਰਾਂਗਾ, सारे पंजाबी भाईचारे भी बेनती करांगा, सारे देश के लोगों भी बेनती करांगा भी ये कोई खास गल है ही नहीं, ये सधारण एक दूजे नाल टोका टाकी होगी। और बल्कि वो कुड़ी ने उहदे नाल दे घरदियां ने ज्यादती करी है, वो सेवादार सिंह नाल, उन्होंने फिर नहीं उन्होंने माइंड करिया। ये गल ते मिट्टी पाउणी चाहीदी है, ये गल नूं वधाउणा जिहड़ा ये ना देश दे हित है ना ये तुसीं कहंदे हो भी राष्ट्र की सेवा हो जिहड़े कर रहे हैं, ये राष्ट्र विरोधी गतिविधि है, ये ट्रोलिंग राष्ट्र विरोधी है। मैं कहांगा ये राष्ट्र विरोधी है, क्योंकि जब तुसीं पंजाब नूं टारगेट करोगे ये राष्ट्र का विरोध है, पंजाब राष्ट्र का एक हिस्सा है। जे तुसीं ऐ टारगेट करोगे तां तुसीं राष्ट्र विरोधी गतियां कर रहे हो। तो किते ये ना होवे भी भारत सरकार नूं कहना पवे मानजोग गृह मंत्री जी नूं भी जिहड़े ट्रोल करदे ने इन्हां दे UAP लाओ क्योंकि राष्ट्र तोड़ रहे ने। पर एक अखीरला सवाल मेरा है मेरी कई SGPC दे जो अहुदेदार उन्होंने गल हुई, वह कहें कि इस चीज़ में लैके जरूर असी कहें कि सानू रिग्रैट हैगा भी एक तो सारे साडे लई सन्मानयोग ने, और कहें कि जिथे उन्हें ये गल कही तनाव के आ गया या जिमें मर्जी कहो थोड़ा गुस्से के आके उन्हें कहता कि भाई उस चीज़ का सानू जरूर गिला हैगा कि भाई पंजाब इंडिया नहीं, ये पंजाब है। इस चीज़ पर भी उन्होंने अफसोस जाहिर किया। नहीं वो मैं गल मानदा, पर फिर भी ये गल तुसीं देखो आपां इहनूं श्रोमणी कमेटी दी बड़प्पन है जिहड़े उन्हां ने अफसोस जाहिर करिया। वैसे असीं कह नहीं दिंदे, असीं कहना यार जाईं ते भावें कपाह ना खा जी, ये तेरा पिंड नहीं, ये साडा पिंड है। जे मैनूं पंजाब ते माण नहीं, मैं कद कहा भी इंडिया ते मैनूं माण नहीं, पर मैं बाकी इंडिया नूं देखदा भी हां। होली वाले दिन गंद भर भर के ਗੱਡੀ ਦੇ ਵਿੱਚ ਵੱਟੇ ਮਾਰਦੇ ਨੇ, ਤੁਸੀਂ ਕਦੇ ਪੰਜਾਬ 'ਚ ਮਾਰਦੇ ਦੇਖੇ ਨੇ? ਫਿਰ ਇਹਦਾ ਮਤਲਬ ਹੈ ਵੀ ਬਾਕੀ ਇੰਡੀਆ 'ਚ ਕੋਈ ਹੋਰ ਗੱਲ ਹੈਗੀ ਹੈ। ਜੇ ਉਹਨਾਂ ਕਹਿਤਾ ਤਾਂ ਕਿਹੜੀ ਖਾਸ ਗੱਲ ਕਰਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਦਾ ਵਡੱਪਣਾ ਵੀ ਉਹਨਾਂ ਨੇ ਇਹਦੇ ਉੱਤੇ ਖੇਦ ਜ਼ਾਹਰ ਕਰਿਆ, ਅਫਸੋਸ ਜ਼ਾਹਰ ਕਰਿਆ। ਪਰ ਮੈਂ ਕਹਾਂਗਾ ਜੇ ਅਸੀਂ ਕਹਿੰਦੇ ਵੀ ਯਾਰ ਇਹ ਪੰਜਾਬ ਹੈ, ਥੋੜਾ ਜਿਹਾ ਇੱਥੇ ਧਿਆਨ ਰੱਖੋ। ਇਹਦਾ ਮਤਲਬ ਇਹ ਹੁੰਦਾ ਵੀ ਸਾਡਾ ਇੱਕ ਸੱਭਿਆਚਾਰ ਹੈ। ਅਸੀਂ ਇਹ ਨਹੀਂ ਕਹਿੰਦੇ ਤੁਹਾਡਾ ਮਾਰਿਆ, ਹੋ ਸਕਦਾ ਤੁਹਾਨੂੰ ਉਹ ਸੱਭਿਆਚਾਰ ਉਹੀ ਪਸੰਦ ਹੋਵੇ। ਸੋ ਇੱਥੇ ਦਾ ਸੱਭਿਆਚਾਰ ਜਦ ਅਸੀਂ ਕਹਿਣਾ ਵੀ ਇਹ ਪੰਜਾਬ ਹੈ, ਇਹ ਬਾਕੀ ਭਾਰਤ ਨਹੀਂ ਹੈ ਜਾਂ ਬਾਕੀ ਇੰਡੀਆ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਬਾਕੀ ਇੰਡੀਆ ਨੂੰ ਨੀਚਾ ਦਿਖਾ ਰਹੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਉੱਚਾ ਕਹਿ ਰਹੇ ਹਾਂ। ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡਾ ਇਹ ਪੰਜਾਬ ਹੈ, ਪੰਜਾਬ 'ਚ ਇੱਕ ਸੱਭਿਆਚਾਰ ਹੋਰ ਹੈ ਜਿਹੜਾ ਬਾਕੀ ਭਾਰਤ 'ਚ ਨਹੀਂ ਹੈ। ਇਹਦਾ ਮਤਲਬ ਆਹ ਹੈ, ਇਹਦਾ ਮਤਲਬ ਕਿਸੇ ਦੀ ਨੀਚਾ ਦਿਖਾਉਣਾ ਨਹੀਂ ਹੈ। ਇਹ ਤਾਂ ਅਸੀਂ ਕਹਿਣੀ ਆ, ਜੇ ਕੋਈ ਹਸਪਤਾਲ 'ਚ ਆਉਂਦਾ ਮੈਂ ਕਹਿੰਦਾ ਬੇਟਾ ਇਹ ਹਸਪਤਾਲ ਹੈ, ਇਹ ਘਰ ਨਹੀਂ। ਇਹ ਕਿਹੜੀ ਮਾੜੀ ਗੱਲ ਕਹਿਤੀ ਮੈਂ? घर च 100 गल्लां कर सकदे, हस्पताल च नहीं कर सकदे। बिल्कुल। सो ये माड़ी गल नहीं कही, कोई गलत गल नहीं कही, बल्कि सानूं ऐ तां हैरान आ भी सानूं भाषा दी समझ नहीं आंदी। इह तां हरेक ही कहंदा। आपां किसी ट्रेन च खड़े होई आ, आपां कहंदे यार गड्डी च खड़े हो तुसीं, ट्रेन च खड़े हो, हैं तुसीं लोकां च खड़े हो, ये कोई ऐ नहीं भी अंदर बैठ के गल कर रहे हो। कहंदे नहीं आपां, दस्सो जे नहीं कहंदे। सो जगह जगह दे बारे कहना इह तां साडा आम तकिया कलाम है। ਜੇ ਅਸੀਂ ਕਹਿਣਾ ਵੀ ਭਾਈ ਇਹ ਪੰਜਾਬ ਹੈ, ਇਹਦਾ ਮਤਲਬ ਇਹ ਪੰਜਾਬ 'ਚ ਇੱਕ ਸੱਭਿਆਚਾਰ ਹੈ, ਤੁਸੀਂ ਇਸ ਪੰਜਾਬ ਤੋਂ। ਜੇ ਮੈਂ ਹਿਮਾਚਲ ਜਾਣਾ, ਉਹ ਹਿਮਾਚਲ ਨਹੀਂ ਕਹਿੰਦਾ ਜੀ ਸਾਡੇ ਹਿਮਾਚਲ ਦਾ ਇਹ ਥੋੜਾ ਜਿਹਾ ਠੀਕ ਹੈ, ਉਹ ਹਿਮਾਚਲ ਹੈ। ਸੋ ਜੇ ਉਹਨੇ ਕਿਹਾ ਵੀ ਇਹ ਪੰਜਾਬ ਹੈ ਬਾਕੀ ਇੰਡੀਆ ਨਹੀਂ, ਤਾਂ ਉਹਨੇ ਤਾਂ ਕੋਈ ਗਲਤ ਗੱਲ ਕਹੀ ਹੋਈ ਨਹੀਂ, ਬਲਕਿ ਉਹਨੇ ਤਾਂ ਪੰਜਾਬ ਨੂੰ ਇੰਡੀਆ ਦਾ ਹਿੱਸਾ ਦੱਸ ਕੇ ਕਿਹਾ ਵੀ ਇੱਥੇ ਦਾ ਸੱਭਿਆਚਾਰ ਥੋੜਾ ਵੱਖਰਾ ਹੈ, ਉਹ ਹੈ ਵੀ ਵੱਖਰਾ ਹੈ ਵੀ ਤੁਸੀਂ ਸ਼ਾਇਦ ਉੱਥੋਂ ਆਏ ਹੋ, ਤੁਹਾਡਾ ਸੱਭਿਆਚਾਰ ਹੋਰ ਹੋ ਸਕਦਾ। ਠੀਕ, ਕੋਈ ਖਾਸ ਗੱਲ ਨਹੀਂ, ਉਹ ਹੈ ਵੀ। ਮੈਂ ਦੱਸਦਾ ਹੁਣ ਇੱਕ ਲਾਈਨ 'ਚ, ਮੈਨੂੰ ਪਤਾ ਲੰਬਾ ਹੋਵੇ। साउथ वाले सारे टैटिंग करते हैं मंदिर, साउथ वाले सारे झाकियां कढ़ते हैं, गुरुआं दी झाकियां नहीं कढ़ियां जा सकदियां। यही जी टैटिंग नहीं करी जाती, पंजाब का सभ्याचार है। सो जब असीं कहने पंजाब है जां असीं कहने गुरुद्वारा है जां असीं कहने मंदिर है, उहदा मतलब है इहदी इक मर्यादा है। उहदा मतलब दूजे नूं नीचा दिखाउणा नहीं है, उह दस्सण दा मतलब हंकार भी नहीं है, उहदा मतलब है कि इहदी इक मर्यादा है, जिहड़ा इहदा ध्यान रखो। ठीक है गर्ग साहब, ठीक है, बहुत बहुत धन्यवाद, बहुत बहुत मेहरबानी, थैंक यू सो मच। तो डॉक्टर प्यारे लाल गर्ग बहुत विस्तार के नाल इन्होंने गल समझाई है। साड़ी कोशिश भी सी, जिहड़े लोग ट्रोल कर रहे हैं खास तौर पर, जिहड़े लोगों को समझ नहीं लगी पूरा जो भी एपीसोड होया ये नहीं होना चाहिए सी इस तरीके दे नाल। हालांकि जिथे सेवादार दे वल्लों गलती हुई उसनूं भी कहा जा रहा है कि आ शब्द जिहड़े आ गलत वरते, पर उत्थे मकसद ये कि लैके गए सी इस तरीके दे नाल कि भाई असी मत्था टेकण नहीं जाना, असी शरधा भावना नाल नहीं जाना, असी तां ट्रोलिंग करनी है जाके, असी तां इस तरह लड़ाई झगड़ा करना या असी ये माहौल बनाउणा जाके, जिस तरीके दे नाल कुड़ी दे पिता या उहदे परिवारक मैंबर बाकी भी नज़र आ रहे सी जिस तरीके दे नाल बहुत गुस्से दे विच, और वो चीज़ां नहीं करनियां चाहिदियां सी। और उत्थे ही SGPC दे वल्लों भी एक नवा CCTV जारी कर दिता गया कि जिथे नज़र आ रहा पहला कुड़ी दे नाल प्यार दे नाल गल हुंदी है, और उस तो बाद फिर अचानक कुड़ी दा परिवार जिहड़ा गुस्से च आउंदा कि जी मैनूं जाण नहीं दित्ता जा रहा, फिर घट कपड़े जिहड़े पाए होए सी उहदा इशू नहीं बनाया जांदा, उहनां दे वल्लों तिरंगे का इशू बना के इस पूरे इशू में लैके ट्रोलिंग की जाती है, जो कि बहुत मंदभागी गल है। और नाल ही वार बार ये अपील भी की जा रही है कि दरबार साहब जाना है तो शरधा के नाल जाओ, ये कोई पिकनिक स्पॉट नहीं है।